ਤਰਨਤਾਰਨ ਥਾਣਾ ਸਦਰ ਦੇ SHO ਦੇ ਕੁਆਟਰ ਦੇ ਬਾਹਰ ਅਫੀਮ ਦੀ ਖੇਤੀ ਕਰਨ ਸੰਬੰਧੀ ਇੱਕ ਪੋਸਟਰ ਕਈ ਦਿਨਾਂ ਤੋਂ ਲੱਗਿਆ ਹੋਇਆ ਦਿਖਾਈ ਦਿੱਤਾ ਗਿਆ। ਇਸ ਸੰਬੰਧੀ ਜਦੋਂ ਮੀਡੀਆ ਕਰਮੀਆਂ ਨੇ ਪੋਸਟਰ ਬਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਤੁਰੰਤ ਇਹ ਪੋਸਟਰ ਉੱਥੋਂ ਹਟਾ ਦਿੱਤਾ ਤੇ ਪੋਸਟਰ ਬਣਵਾਉਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਇਸ ਪੋਸਟਰ ਤੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਨਜ਼ਰ ਨਹੀਂ ਪਈ। ਦਰਅਸਲ ਜੋ ਪੋਸਟਰ ਲੱਗਿਆ ਹੋਇਆ ਸੀ ਉਸ ਨੂੰ ਪਿੰਡ ਵਾਸੀ ਗੁਰਵੇਲ ਸਿੰਘ ਦੇ ਵੱਲੋਂ ਛਪਵਾਇਆ ਗਿਆ ਦੱਸਿਆ ਜਾ ਰਿਹਾ। ਇਸ ਪੋਸਟਰ ਵਿੱਚ 20 ਨਵੰਬਰ ਨੂੰ ਪਿੰਡ ਵਿੱਚ ਹੀ ਗਊਸ਼ਾਲਾ ਖੋਲਣ ਤੇ ਪੋਸਟ ਦੀ ਖੇਤੀ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ। ਨਾਲ ਹੀ ਦਾਅਵਾ ਕੀਤਾ ਗਿਆ ਕਿ ਇਸ ਦਾ ਉਦਘਾਟਨ DC ਤਰਨਤਾਰਨ ਦੇ ਵੱਲੋਂ ਕੀਤਾ ਜਾਵੇਗਾ। ਪੋਸਟਰ ਛਪਵਾਉਣ ਵਾਲੇ ਨੇ ਖੁਦ ਨੂੰ ਸਰਪੰਚ ਆਲ ਵਰਲਡ ਦੱਸਿਆ, ਜਿਸ ਨੇ ਸਮੂਹ ਸਰਪੰਚਾਂ, ਪੰਚਾਂ ਤੇ ਸਾਧ ਸੰਗਤ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਮਾਮਲੇ ਬਾਰੇ ਤਰਨ ਤਾਰਨ ਸਿਟੀ ਦੇ DSP ਸੁੱਚਾ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਗੁਰਵੇਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਮੁਤਾਬਿਕ ਉਕਤ ਵਿਅਕਤੀ ਦੇ ਪਹਿਲਾਂ ਵੀ NDPS ਐਕਟ ਤਹਿਤ 2 ਮਾਮਲੇ ਦਰਜ ਨੇ। ਇੱਕ ਗੁਰਵੇਲ ਸਿੰਘ ਪਿੰਡ ਵਾਂਗ ਦਾ ਹੈਗੇ ਆ, ਥਾਣਾ ਸਦਰ 'ਚ ਪਿੰਡ ਪੈਂਦਾ। ਉਹਨਾਂ ਨੇ ਪੋਸਟਰ ਮੇਰੇ ਧਿਆਨ 'ਚ ਆਇਆ ਵੀ ਉਹਨਾਂ ਨੇ ਪੋਸਟਰ ਲਾਇਆ ਹੈਗਾ, ਉਹਦੇ ਖਿਲਾਫ ਪਹਿਲਾਂ ਵੀ 2 NDPS ਐਕਟ ਦੇ ਪਰਚੇ ਦਰਜ ਆ। ਅਸੀਂ ਇਹਦੇ ਖਿਲਾਫ ਇੱਕ ਤਾਂ ਡਿਫੇਸਮੈਂਟ ਆਫ ਪ੍ਰੋਪਰਟੀ ਪਬਲਿਕ ਪ੍ਰੋਪਰਟੀ ਐਕਟ ਦੇ ਅਲੋਂਗ ਵਿਦ 419 IPC ਦਾ ਪਰਚਾ ਦਰਜ ਕਰਨ ਲੱਗੇ, ਕਿਉਂਕਿ ਇਹ ਆਪਣੇ ਆਪ ਨੂੰ ਸਰਪੰਚ ਲਿਖ ਰਿਹਾ, ਇਹ ਸਰਪੰਚ ਕਦੀ ਵੀ ਨਹੀਂ ਬਣੇ ਪਿੰਡ ਦੇ। ਯੈਸ, ਰਜਿਸਟਰੇਸ਼ਨ ਹੋ ਰਹੀ ਹੈ ਕੇਸ ਦੀ, ਉਸ ਤੋਂ ਬਾਅਦ ਇਹਦੀ ਜਿਹੜੀ ਆ ਜੋ ਲੀਗਲ ਐਕਸ਼ਨ ਦੇ ਖਿਲਾਫ ਹੋਣਾ, ਅਰੈਸਟ ਵੀ ਹੋਈ ਹੈ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਤੇ ਸ਼ੇਰੂ ਮਹਾਜਨ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।